मैं रिपोर्टर स्नेहा धीर, सांझा पंजाब टीवी, अमृत। ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਪੈਸ਼ਲ ਡਰਾਈਵ ਚਲਾਈ ਜਾ ਰਹੀ ਹੈ ਡਰੱਗਸ ਦੇ ਖਿਲਾਫ। ਉਹਦੇ 'ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ। ਕਮਰਸ਼ਲ ਕੁਆਂਟਿਟੀ ਦੀ 1 ਕਿਲੋ ਜਿਹੜੀ ਹੀਰੋਇਨ ਹੈ ਉਹ ਬਰਾਮਦ ਕੀਤੀ ਹੈ, ਔਰ ਇੱਕ ਬੜਾ ਪੁਰਾਣਾ ਸਮਗਲਰ ਜਿਹੜਾ ਕਿ ਪ੍ਰੋਕਲੇਮਡ ਅਫੈਂਡਰ ਹੈ ਇੱਕ ਪੁਰਾਣੇ ਕੇਸ ਦੇ ਵਿੱਚ, ਉਹ ਗ੍ਰਿਫਤਾਰ ਕੀਤਾ ਹੈ। ਸੁੱਚਾ ਸਿੰਘ ਸਨ ਆਫ ਦਲੀਪ ਸਿੰਘ, ਪਿੰਡ ਖਾਨਵਾਲ, PS ਅਜਨਾਲਾ, ਅੰਮ੍ਰਿਤਸਰ ਰੂਰਲ। ਇਹ ਇੱਕ 2023 ਦਾ ਮੁਕੱਦਮਾ ਹੈਗਾ ਥਾਣੇ ਅਜਨਾਲੇ ਦਾ, ਜਿਸ 'ਚ ਇਹਦੀ ਸਿਸਟਰ ਅਤੇ ਇਹਨਾਂ ਦਾ ਇੱਕ ਗੁਆਂਢੀ ਗੋਪੀ ਉਹ ਵੀ ਗ੍ਰਿਫਤਾਰ ਹੋਏ। ਉਦੋਂ 4 ਕਿਲੋ ਹੀਰੋਇਨ ਦਾ ਉਹ ਮੁਕੱਦਮਾ ਦਰਜ ਸੀ, ਔਰ ਇਹ ਬੰਦਾ ਉਸ 'ਚ ਭਗੌੜਾ ਸੀ, ਸੁੱਚਾ ਸਿੰਘ। ਇਸ ਤੋਂ ਇਲਾਵਾ ਇਹ ਗੱਲ ਜਿਹੜੀ ਇਹਦੀ ਪੁੱਛਗਿੱਛ ਤੋਂ ਸਾਹਮਣੇ ਆਈ ਕਿ ਜਦੋਂ ਕੰਸਾਈਨਮੈਂਟ ਡਰੋਨ ਰਾਹੀਂ ਮੰਗਵਾਉਂਦਾ ਸੀ ਤਾਂ 1 ਲੱਖ ਰੁਪਇਆ ਇਹਨੂੰ ਮਿਲਦਾ ਸੀਗਾ ਉਹ ਕੰਸਾਈਨਮੈਂਟ ਨੂੰ ਟਿਕਾਣੇ ਪਹੁੰਚਾਉਣ ਦਾ, ਤੇ ਉਹ ਉਸ ਤੇ ਵੀ ਅਸੀਂ ਵਰਕ ਕਰ ਰਹੇ ਹਾਂ। ਇਹਦੀ ਜਿਹੜੀ ਫਾਈਨੈਂਸ਼ੀਅਲ ਐਸਪੈਕਟ ਹੈ ਔਰ ਜਿਹੜਾ ਇਹਦਾ ਬੈਕਗ੍ਰਾਉਂਡ ਹੈ, ਇਹਦੇ ਖਿਲਾਫ ਸਨੈਚਿੰਗ ਦਾ, ਚੋਰੀ ਦਾ ਔਰ ਮਾਈਨਿੰਗ ਐਕਟ ਦੇ ਪਰਚੇ ਪਹਿਲਾਂ ਵੀ ਦਰਜ ਨੇ। ਉਸ ਤੋਂ ਬਾਅਦ ਇਹ ਪੂਰਾ ਆਪਣਾ ਇਹਦੇ ਵਿੱਚ ਸ਼ਾਮਿਲ ਹੋ ਗਿਆ ਡਰੱਗ ਟ੍ਰੇਡ ਦੇ ਵਿੱਚ, ਔਰ ਵੱਡਾ ਡਰੱਗ ਸਮਗਲਰ ਬਣ ਗਿਆ ਭਗੌੜਾ ਹੋਣ ਤੋਂ ਬਾਅਦ। ਔਰ ਇਹਨੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਵੀ ਜਾ ਕੇ ਆਪਣਾ ਇੱਕ ਟਿਕਾਣਾ ਬਣਾਇਆ ਹੋਇਆ ਸੀ, ਜਿੱਥੇ ਜਾ ਕੇ ਲੁਕ ਜਾਂਦਾ ਸੀ ਆਪਣੇ ਕੰਮ ਕਰਨ ਤੋਂ ਬਾਅਦ। ਤੋ ਅਗਲੀ ਜਿਹੜੀ ਤਫਤੀਸ਼ ਹੋ